22 ਜਨਵਰੀ 1952 ਕਰਮ ਅਤੁੱਟ ਨਹੀਂ ਕਰਮਾਂ ਦਾ ਆਦ ਵੀ ਹੈ ਤੇ ਅੰਤ ਵੀ ਹੈ ਕਰਮਾਂ ਪਰ ਰੱਬੀ ਬਖਸ਼ਿਸ਼ ਹਾਵੀ ਹੁੰਦੀ ਹੈ ਕਰਮ ਆਪ ਫਲਦਾਇਕ ਨਹੀਂ ਹੁੰਦੇ ਕਰਮਾਂ ਦਾ ਫਲ ਪਰਦਾਤਾ ਵਾਹਿਗੁਰੂ ਹੈ ਉਸ ਦਾ ਹੁਕਮ ਦਇਆ ਤੇ ਮਬਨੀ ਹੁੰਦਾ ਹੈ ਉਹ ਸਾਡਾ ਪਿਤਾ ਜੋ ਆ ਅਸਾਂ ਉਸ ਦੀ ਓਟ ਭਰੋਸੇ ਤੇ ਖੁਸ਼ ਰਹਿਣਾ ਹੈ ਹਰ ਵੇਲੇ ਵਾਹਿਗੁਰੂ ਦਾ ਚਿੰਤਨ ਕਰਦੇ ਰਹੀਏ ਮਨ ਨੇ ਤਾਂ ਹਰ ਵੇਲੇ ਕੋਈ ਚਿੰਤਨ ਕਰਦੇ ਹੀ ਰਹਿਣਾ ਹੈ ਇਸ ਨੂੰ ਸਿਮਰਨ ਵਿੱਚ ਲਾਓ ਤਾਂ ਜੋ ਸਮਾਂ ਸਫਲ ਹੋਵੇ ਚੱਕੀ ਵਿੱਚ ਰੇਤ ਪਾ ਕੇ ਪੀਸਣ ਦਾ ਕੀ ਫਾਇਦਾ ਕਣਕ ਦਾ پیسਣਾ ਪਾਵਾਂਗੇ ਤਾਂ ਆਟਾ ਨਿਕਲੇਗਾ ਵਾਹਿਗੁਰੂ ਹੈ ਮਤਲਾਸ਼ੀ ਨੂੰ ਪਹਿਲਾਂ ਇਹ ਮੰਨ ਲੈਣਾ ਚਾਹੀਦਾ ਹੈ ਤੇ ਸਿਮਰਨ ਵਿੱਚ ਲੱਗ ਜਾਣਾ ਚਾਹੀਦਾ ਹੈ ਫਿਰ ਉਹ ਵਾਹਿਗੁਰੂ ਨੂੰ ਆਪ ਹੀ ਪ੍ਰਤੀਤ ਕਰ ਲਵੇਗਾ ਆਪਣੇ ਤਜਰਬੇ ਵਿੱਚ ਪਾ ਲਵੇਗਾ ਸਤਿਗੁਰੂ ਨਾਨਕ ਨੇ ਤ੍ਰੀਮਤਾ ਦਾ ਦਰਜਾ ਉੱਚਾ ਕੀਤਾ ਹੈ ਸੰਗਤ ਵਿੱਚ ਬਰਾਬਰ ਦਾ ਹਿੱਸਾ ਬਖਸ਼ਿਆ ਹੈ ਹਿੰਦੂਆਂ ਨੇ ਤਾਂ ਇਸ ਨੂੰ ਸ਼ੂਦਰ ਸਮਝ ਰੱਖਿਆ ਸੀ ਸਿੱਖ ਸਿਰਫ ਆਪਣੀ ਇਕੱਲੇ ਦੀ ਹੀ ਤਰੱਕੀ ਨਹੀਂ ਕਰਦਾ ਉਸ ਨੇ ਪੰਥ ਕਰਨਾ ਹੈ ਪਹਿਲੀ ਬਾਦਸ਼ਾਹੀ ਨੇ ਦੂਸਰੀ ਨੂੰ ਤੇ ਦੂਸਰੀ ਨੇ ਤੀਸਰੀ ਨੂੰ ਪੰਥ ਕਰਨ ਵਾਸਤੇ ਹੁਕਮ ਕੀਤਾ ਸੀ ਇਓਂ ਹੀ ਬਾਕੀ ਸਾਰੀਆਂ ਪਾਤਸ਼ਾਹੀਆਂ ਨੇ ਕੀਤਾ ਡਾਕਟਰ ਜੀ ਕੇਵਲ ਆਪਣੇ ਘਰ ਦੀ ਹੀ ਸਪਾਈ ਰੱਖੇ ਤਾਂ ਜਦੋਂ ਗਲੀ ਵਿੱਚ ਪਲੇਗ ਪੈ ਗਈ ਉਹ ਆਪਣੇ ਘਰ ਨੂੰ ਨਹੀਂ ਬਚਾ ਸਕੇਗਾ ਉਸ ਨੂੰ ਗਲੀ ਮੁਹੱਲੇ ਦੀ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਖਾਲਸੇ ਦਾ ਆਦਰਸ਼ ਹੈ ਜਾਗਤ ਜੋਤ ਜਪੈ ਨਿਸਬਾਸਰ ਜਿਸ ਦੇ ਅੰਦਰ ਇਹ ਜੋਤ ਪ੍ਰਕਾਸ਼ ਹੋ ਜਾਵੇ ਉਹ ਖੁਦ ਗਰਜ ਨਹੀਂ ਰਹਿ ਸਕਦਾ ਤਲਵਾਰ ਚਲਾਂਦੇ ਚਲਾਂਦੇ ਉਸ ਦਾ ਹੱਥ ਬਖਸ਼ਿਸ਼ ਵਾਸਤੇ ਰੁਕ ਜਾਵੇਗਾ ਬਾਬਾ RAM ਸਿੰਘ ਜੀ ਨਾਮ ਧਾਰੀ ਨੂੰ ਜਦ ਉਹ ਰੰਗੂਨ ਵਿੱਚ ਨજર ਬੰਦ ਸਨ ਕਿਸੇ ਸਤਸੰਗੀ ਨੇ ਲਿਖਿਆ ਕਿ ਮੈਨੂੰ ਚਰਨ ਧੂੜ ਦੀ ਬਖਸ਼ਿਸ਼ ਕਰ ਭੇਜੋ ਜੋ ਮੈਂ ਸਰੀਰ ਤੇ ਲਾ ਕੇ ਬਿਮਾਰੀ ਤੋਂ ਵੱਲ ਹੋ ਜਾਵਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਮੇਰੀ ਚਰਨ ਧੂੜ ਵਿੱਚ ਕੋਈ ਸ਼ਕਤੀ ਨਹੀਂ ਹੈ ਜੇ ਹੈ ਵੀ ਤਾਂ ਇਹ ਨਾਮ ਦੀ ਹੀ ਬਖਸ਼ਿਸ਼ ਹੈ ਤੂੰ ਵੀ ਨਾਮ ਦਾ ਲੜਫੜ ਫਿਰ ਤੇਰੇ ਵਿੱਚ ਵੀ ਉਹ ਤਾਕਤ ਆ ਜਾਵੇਗੀ ਜਿਹੜੀ ਤੇਰਾ ਫੈਤ ਭਰੋਸਾ ਮੇਰੇ ਵਿੱਚ ਮੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ